ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਰੇਲ ਰੋਕੋ ਅੰਦੋਲਨ ਕੀਤਾ ਖਤਮ। ਅਗਲੇਰੀ ਕਾਰਵਾਈ ਬਾਰੇ ਕੀਤੇ ਵੱਡੇ ਐਲਾਨ। 23 ਮਈ ਨੂੰ ਪੀਐਮ ਮੋਦੀ ਦੀ ਪਟਿਆਲਾ ਰੈਲੀ ਚ ਕਰਨਗੇ ਪੀਐਮ ਤੋਂ ਸਵਾਲ ਜਵਾਬ। ਪਟਿਆਲਾ ਤੋਂ ਰਾਮ ਲੱਲਾ ਦੇ ਦਰਸ਼ਨਾਂ ਲਈ ਗਏ ਬੱਚੇ ਹੋਏ ਲਾਪਤਾ। ਨਦੀ ਕੰਢਿਓਂ ਮਿਲੇ ਕੱਪੜੇ ਦੇਖ ਕੇ ਮਾਂ ਦਾ ਰੋ ਰੋ ਕੇ ਬੁਰਾ ਹਾਲ। ਫਿਰੋਜ਼ਪੁਰ ਚ ਚੱਲਦੇ ਵਿਆਹ ਚ ਪਿਆ ਭੜਥੂ। ਨੌਜਵਾਨ ਕਰਾ ਜਾ ਰਿਹਾ ਸੀ ਦੂਸਰਾ ਵਿਆਹ, ਉਪਰੋਂ ਪਹੁੰਚ ਗਈ ਪਹਿਲੀ ਪਤਨੀ। ਪੁਲਿਸ ਨੇ ਲਾੜੇ ਨੂੰ ਲਿਆ ਹਿਰਾਸਤ ਚ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਕਿਸਾਨ ਅੰਦੋਲਨ 2 ਦੇ 100 ਦਿਨ ਪੂਰੇ ਹੋਣ ਤੇ ਸ਼ੰਭੂ ਵਿਖੇ 3 ਕਿਸਾਨਾਂ ਦੀ ਰਿਹਾਈ ਲਈ ਚੱਲ ਰਹੇ ਰੇਲ ਰੋਕੋ ਅੰਦੋਲਨ ਸੰਬੰਧੀ ਕਿਸਾਨ ਭਵਨ ਚੰਡੀਗੜ੍ਹ ਵਿਖੇ ਕਿਸਾਨ ਮਜ਼ਦੂਰ ਮੋਰਚਾ ਅਤੇ SKM ਨੇ ਅਹਿਮ ਐਲਾਨ ਕੀਤੇ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 23 ਮਈ ਨੂੰ ਪਟਿਆਲਾ ਵਿਖੇ ਹੋਣ ਵਾਲੀ ਚੋਣ ਰੈਲੀ ਸੰਬੰਧੀ ਕਿਸਾਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਵਿਧਾਨਿਕ ਅਤੇ ਜਮਹੂਰੀ ਢੰਗ ਦੇ ਨਾਲ ਸਵਾਲ ਜਵਾਬ ਕਰਨਗੇ। ਪਟਿਆਲਾ ਦੀ ਤੇਜਬਾਗ ਕਲੋਨੀ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਰਹਿਣ ਵਾਲੇ 2 ਬੱਚੇ ਭੇਤ ਭਰੀ ਹਾਲਤ ਵਿੱਚ ਲਾਪਤਾ ਹੋ ਗਏ ਨੇ। ਜਾਣਕਾਰੀ ਮੁਤਾਬਿਕ ਇਹ ਬੱਚੇ ਸੰਗਤਾਂ ਦੇ ਨਾਲ ਇੱਕ ਬੱਸ 'ਚ ਸਵਾਰ ਹੋ ਕੇ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੋਧਿਆ ਗਏ ਹੋਏ ਸਨ, ਜਿਸ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਏ ਨੇ। ਗੁੰਮਸ਼ੁਦਾ ਬੱਚੇ ਤੇਜਬਾਗ ਕਲੋਨੀ ਦੇ ਰਹਿਣ ਵਾਲੇ ਕਾਰਤਿਕ ਤੇ ਪ੍ਰਿੰਸ ਨੇ, ਜਿਨ੍ਹਾਂ ਦੇ ਲਾਪਤਾ ਹੋਣ ਤੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਤੋਂ ਬਾਅਦ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਰਿਵਾਰ ਵਾਲਿਆਂ ਨੂੰ ਦੋਵੇਂ ਬੱਚਿਆਂ ਦੇ ਕੱਪੜੇ ਨਦੀ ਦੇ ਕਿਨਾਰੇ ਤੋਂ ਮਿਲੇ ਨੇ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਆਖਿਰ ਬੱਚੇ ਕਿੱਧਰ ਗਏ, ਕਿਤੇ ਉਹਨਾਂ ਨਾਲ ਕੋਈ ਹਾਦਸਾ ਨਾ ਵਾਪਰ ਗਿਆ ਹੋਵੇ। ਪਰਿਵਾਰ ਵਾਲਿਆਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਪ੍ਰਸ਼ਾਸਨ ਅੱਗੇ ਵੀ ਬੱਚਿਆਂ ਦਾ ਪਤਾ ਲਗਾਉਣ ਦੀ ਗੁਹਾਰ ਲਗਾਈ ਜਾ ਰਹੀ ਹੈ। ਹਜੇ ਮੇਰਾ ਬੱਚਾ ਸ਼ਨੀਵਾਰ ਗਿਆ ਜੀ, ਮੈਂ ਸ਼ਨੀਵਾਰ ਉੱਥੇ ਅਯੋਧਿਆ ਪਹੁੰਚਿਆ। ਮੇਰੇ ਨਾਲ ਗੱਲਬਾਤ ਪੂਰੀ ਕੀਤੀ ਉਸਨੇ, ਮੰਮਾ ਮੈਂ ਪਹੁੰਚ ਗਿਆ ਠੀਕ ਠਾਕ, ਹੁਣ ਮੈਂ ਹੋਟਲ ਜਾ ਰਿਹਾ, ਫਿਰ ਅਸੀਂ ਉੱਥੇ 4 ਵਜੇ ਅਯੋਧਿਆ ਜਾਵਾਂਗੇ। ਮੈਂ ਕਿਹਾ ਠੀਕ ਹੈ ਪੁੱਤ, ਧਿਆਨ ਰੱਖੀ ਆਪਣਾ, ਕਿਸੇ ਬੜੇ ਬੰਦੇ ਦੇ ਨਾਲ ਰਹੀ। ਕਹਿੰਦਾ ਠੀਕ ਹੈ ਮੰਮੀ, ਅਤੇ ਉਹਨੂੰ ਫੋਨ ਫੂਨ ਅਸੀਂ ਦੇ ਕੇ ਸਾਰਾ ਭੇਜਿਆ ਹੋਇਆ ਤਾ। ਉਹ ਵਿਚਾਰਾ ਜਦ ਉੱਥੇ ਨਹਾਉਣਾ, ਇਹਨਾਂ ਨੇ ਨਾ ਉੱਥੇ ਜਾ ਕੇ ਬੱਸ ਦੀਆਂ 2 ਟੀਮਾਂ ਬਣਾ ਲਈਆਂ ਹੋਣੀਆਂ ਜੀ, ਸਾਨੂੰ ਕੁਛ ਨਹੀਂ ਪਤਾ। ਹੁਣ ਸਾਨੂੰ ਗੱਲਾਂ ਪੂਰੀ ਪੂਰੀ ਪਤਾ ਲੱਗ ਰਹੀਆਂ। ਅੱਜ 3 ਦਿਨ ਹੋ ਗਏ ਮੇਰੇ ਬੱਚੇ ਨੂੰ ਲਾਪਤਾ ਹੋਏ। ਉੱਥੇ ਜਾ ਕੇ ਮੇਰੇ ਬੱਚੇ ਨੂੰ 2:30 ਵਜੇ ਭੇਜਦਾ, ਜਾਓ ਨਾ ਆਓ। ਉੱਥੇ ਕੋਈ ਸਰੀਵ ਨਦੀ ਹੋਏਗੀ ਜੀ, ਕਿ ਉੱਥੇ ਜਾ ਕੇ 25 ਬੰਦਿਆਂ ਨੂੰ ਪਹਿਲਾਂ ਕੱਢਦਾ, ਜਿਹੜੇ ਆਪ ਬੜੇ ਨੇ ਜਨਾਨੀਆਂ ਨੇ, ਅਤੇ ਉਹ ਸਾਰੇ ਬਾਅਦ 'ਚੋਂ ਗਏ ਆ ਜੀ, ਉਹ ਵੀ ਤਾਂ ਗਏ ਨੇ ਜਦ ਹਾਦਸਾ ਹੋ ਗਿਆ। ਸਾਡੇ ਕੋਲ ਤਾਂ ਹੁਣ 6:30 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਕੋਲ ਕਿ ਤੁਹਾਡਾ ਬੱਚਾ ਨਹੀਂ ਲੱਭ ਰਿਹਾ, ਲੇਕਿਨ ਕਿਸੇ ਨੇ ਇਹ ਨਹੀਂ ਦੱਸਿਆ ਕਿ ਬੱਚੇ ਨਾਲ ਡੁੱਬਣ ਦਾ ਕੋਈ ਹਾਦਸਾ। ਫਿਰੋਜ਼ਪੁਰ ਦੇ ਕਸਬਾ ਮਮਦੌਟ ਦੀ ਨਾਉਂਦੇ ਪਿੰਡ ਲੱਖਾ ਸਿੰਘ ਵਾਲਾ ਵਿੱਚ ਇੱਕ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲੇ।
ਜਦੋਂ ਇੱਕ ਵਿਆਹ ਹੋਏ ਨੌਜਵਾਨ ਨੇ ਦੂਸਰਾ ਵਿਆਹ ਕਰਾਉਣਾ ਚਾਹਿਆ। ਮਾਮਲਾ ਉਸ ਸਮੇਂ ਵਧਿਆ ਜਦੋਂ ਲਾੜਾ ਬਣੇ ਨੌਜਵਾਨ ਦੀ ਪਹਿਲੀ ਪਤਨੀ ਮੌਕੇ 'ਤੇ ਪਹੁੰਚ ਗਈ ਅਤੇ ਉਸਨੇ ਵਿਆਹ ਨੂੰ ਰੁਕਵਾ ਦਿੱਤਾ। ਦੋਨਾਂ ਪਾਸੇ ਕਾਫੀ ਬਹਿਸ ਬਸਈਆ ਦੇਖਣ ਨੂੰ ਮਿਲਿਆ। ਉੱਧਰ ਇਸ ਦੌਰਾਨ ਮੌਕੇ 'ਤੇ ਪੁਲਿਸ ਵੀ ਪਹੁੰਚ ਗਈ, ਜਿਸਨੇ ਭਾਵੇਂ ਦੋਵੇਂ ਧਿਰਾਂ ਨੂੰ ਲੜਨ ਤੋਂ ਤਾਂ ਬਚਾ ਲਿਆ ਪਰ ਲਾੜਾ ਬਣੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਲਾੜੇ ਦੀ ਪਹਿਲੀ ਪਤਨੀ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ, ਜਿਹਦਾ ਕਹਿਣਾ ਸੀ ਕਿ ਉਸ ਨੂੰ ਬਿਨਾਂ ਤਲਾਕ ਦਿੱਤੇ ਉਸਦਾ ਪਤੀ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ, ਜਿਸ ਨੂੰ ਲੈ ਕੇ ਉਹ ਮੌਕੇ 'ਤੇ ਪੁਲਿਸ ਨੂੰ ਲੈ ਕੇ ਪਹੁੰਚੇ ਨੇ। ਮੋਟਰਸਾਈਕਲ ਵੀ ਪਹਿਲਾਂ ਮੰਗ ਸੀ ਨਾ, ਮੋਟਰਸਾਈਕਲ ਨੇ ਦੇਣ ਕਰਕੇ ਤਾਂ ਆਪ ਇੱਕ ਤਰਫੀ ਕੇਸ ਜਿੱਤ ਕੇ ਤਾਂ ਮੇਰਾ ਤਲਾਕ ਹੋ ਗਿਆ ਤੇ ਹੁਣ ਨਵਾਂ ਵੀ ਵਿਆਹ ਬਕਾਰ ਵੀ ਇਹੋ ਹੀ। ਪੁਲਿਸ ਕਾਰਵਾਈ ਕਰੇ, ਮਦਦ ਕਰੇ, ਜਿਵੇਂ ਕਿਵੇਂ ਮਰਜ਼ੀ ਮਦਦ ਸਾਡੀ ਜ਼ਰੂਰ ਕਰੇ। ਹਾਂ, ਕਾਨੂੰਨੀ ਕਾਰਵਾਈ ਕਰਨ ਜ਼ਰੂਰ। ਗਰੀਬ ਬੰਦੇ ਆ, ਸਾਡੇ ਕੋਲ ਇੰਨੀ ਨਹੀਂ ਗੁੰਜਾਇਸ਼ ਸੀਗੀ ਰੋ ਰੋ ਦੀ ਬੰਦੇ ਇਕੱਠੇ ਕਰਨੇ, ਭੱਜ ਦੌੜ ਕਰਨੇ, ਇਹ ਨਹੀਂ ਸਾਡੇ ਕੋਲ ਹੋ ਸਕਦਾ। ਕਰੇ ਨੂੰ ਦਾਜ ਦਿੱਤਾ ਇਹ ਬੰਦੇ ਨੂੰ ਤੇ 1.5 ਲੱਖ ਇਹਨੂੰ ਇਹੀ ਆਪਣੇ ਕੋਲ ਦਿੱਤਾ, ਇਹਨੂੰ 3 ਲੱਖ ਰੁਪਇਆ ਦੇ ਗਿਆ ਤਾਂ ਜੇ ਮੋਟਰਸਾਈਕਲ ਦੀ ਡਿਮਾਂਡ ਇਹਨੇ ਰੱਖੀ ਹੋਰ। ਅੱਜ 19 ਤਰੀਕ 5 ਮਈ 2024 ਨੂੰ ਅੱਜ ਫੇਰ ਦੁਬਾਰਾ ਇਹ ਲੱਖੇ ਵਾਲਾ ਅੱਜ ਇੱਕ ਹੋਰ ਜ਼ਿੰਦਗੀ ਖਰਾਬ ਕਰਨ ਡਿਆ ਹਰਜੀਤ ਸਿੰਘ। ਪੂਰਵਾਂਚਲ ਮੋਰਚੇ ਦੇ ਚੇਅਰਮੈਨ ਟੀ ਆਰ ਮਿਸ਼ਰਾ, ਪੂਰਵਾਂਚਲ ਵਿੰਗ ਦੇ ਪ੍ਰਧਾਨ ਰਾਜੇਸ਼ ਮਿਸ਼ਰਾ ਤੇ ਪੂਰਵਾਂਚਲ ਸਮਾਜ ਦੇ ਹੋਰਨਾਂ ਨੇਤਾਵਾਂ ਨੇ ਕਾਂਗਰਸ ਲੀਡਰਸ਼ਿਪ ਨੂੰ ਚੇਤਾਵਨੀ ਦਿੱਤੀ ਹੈ ਕਿ 2 ਦਿਨ ਦੇ ਅੰਦਰ ਉਹ ਕਾਂਗਰਸ ਉਮੀਦਵਾਰ ਸੁਖਪਾਲ ਖਹਿਰਾ ਦੇ ਵਿਵਾਦਿਤ ਬਿਆਨ ਲਈ ਮੁਆਫ਼ੀਨਾਮਾ ਪੇਸ਼ ਕਰੇ, ਨਹੀਂ ਤਾਂ ਚੋਣਾਂ 'ਚ ਕਾਂਗਰਸ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਏਗਾ ਅਤੇ ਰਾਹੁਲ ਗਾਂਧੀ ਨੂੰ ਚੋਣ ਪ੍ਰਚਾਰ ਲਈ ਪੰਜਾਬ 'ਚ ਦਾਖਲ ਨਹੀਂ ਹੋਣ ਦਿੱਤਾ ਜਾਏਗਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਮਿਸ਼ਰਾ ਨੇ ਇਹ ਵੀ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਘਟੀਆ ਸੋਚ ਦਾ ਨਤੀਜਾ ਜੋ ਭਾਈਚਾਰੇ ਨੂੰ ਤੋੜਨ ਦੀ ਗੱਲ ਕਰ ਰਹੇ ਨੇ। ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਯਾਦ ਕਰਦੇ ਮਿਸ਼ਰਾ ਨੇ ਕਿਹਾ ਕਿ ਅਜਿਹੇ ਬਿਆਨਾਂ ਕਾਰਨ ਹੀ ਕਾਂਗਰਸ ਦੀ ਪੰਜਾਬ 'ਚ ਦੁਰਦਸ਼ਾ ਹੋਈ ਹੈ। ਉਹਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਲਿਕਾਰਜੁਨ ਖੜਗੇ, ਰਾਹੁਲ ਗਾਂਧੀ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਸੁਖਪਾਲ ਖਹਿਰਾ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ। ਇਸ ਬਿਆਨ ਤੋਂ ਸਿਰਫ ਪੱਲਾ ਝਾੜ ਕੇ ਕਾਂਗਰਸ ਬਚ ਨਹੀਂ ਸਕਦੀ। ਪੂਰਵਾਂਚਲੀ ਲੋਕ ਪੰਜਾਬ 'ਚ ਮਿਹਨਤ ਮਜ਼ਦੂਰੀ ਕਰਨ ਲਈ ਆਉਂਦੇ ਨੇ ਤੇ ਪੰਜਾਬ ਦੀ ਤਰੱਕੀ 'ਚ ਆਪਣਾ ਵਡਮੁੱਲਾ ਯੋਗਦਾਨ ਵੀ ਪਾ ਰਹੇ ਨੇ। ਅੰਮ੍ਰਿਤਸਰ ਜਲੰਧਰ ਹਾਈਵੇ ਤੇ ਕਸਬਾ ਰਈਆ ਨੇੜੇ ਇੱਕ ਨਿੱਜੀ ਕੰਪਨੀ ਦੀ ਬੱਸ ਵੱਲੋਂ ਕਥਿਤ ਤੌਰ ਤੇ ਟੱਕਰ ਮਾਰਦਿਆਂ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਡਿਊਟੀ ਨਿਭਾ ਰਹੇ ਫਲਾਇੰਗ ਸਕੁਐਡ ਦਸਤੇ ਦੀ ਗੱਡੀ ਵਿੱਚ ਸਵਾਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਸੜਕ ਕਿਨਾਰੇ ਖੜ ਕੇ ਖਾਣਾ ਖਾ ਰਹੇ ਬਾਈਕ ਸਵਾਰ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਗਿਆ। ਫਲਾਇੰਗ ਸਕੁਐਡ ਦਸਤੇ ਦੇ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਇੱਕ ਨਿੱਜੀ ਕੰਪਨੀ ਦੀ ਬੱਸ ਵੱਲੋਂ ਕਥਿਤ ਤੌਰ ਤੇ ਉਹਨਾਂ ਨੂੰ ਟੱਕਰ ਮਾਰੇਗੀ, ਜਿਸ ਕਾਰਨ ਗੱਡੀ ਬੁਰੀ ਤਰੀਕੇ ਨਾਲ ਸੜਕ ਕਿਨਾਰੇ ਇੱਕ ਦਰਖਤ ਤੇ ਇਸਦੇ ਨਾਲ ਹੀ ਦਰਖਤ ਕਿਨਾਰੇ ਖੜ ਕੇ ਰੋਟੀ ਖਾ ਰਹੇ ਇੱਕ ਬਾਈਕ ਸਵਾਰ ਦੇ ਨਾਲ ਜਾ ਟਕਰਾਈ। ਉਹਨਾਂ ਦੱਸਿਆ ਕਿ ਉਕਤ ਹਾਦਸੇ ਦੌਰਾਨ ਗਨੀਮਤ ਫਲਾਇੰਗ ਸਕੁਐਡ ਦਸਤੇ ਦੇ ਕਿਸੇ ਅਧਿਕਾਰੀ ਕਰਮਚਾਰੀ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰੰਤੂ ਇਸ ਹਾਦਸੇ ਕਾਰਨ ਬਾਈਕ ਸਵਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ, ਜਿਸ ਨੂੰ ਇਲਾਜ ਦੇ ਲਈ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮਗਰਲੇ ਪਹਿਲੇ ਇੱਕ ਬੱਸ ਓਵਰ ਸਪੀਡ ਆ ਕੇ ਜਿਹੜੀ ਮਗਰਲੀ ਸਾਈਡ ਦੇ ਵੱਲ ਵੱਜੀ ਆ। ਗੱਡੀ ਤਕਰੀਬਨ 30-25 ਦੀ ਸਪੀਡ 'ਤੇ ਜਾ ਰਹੀ ਸੀ, ਜੋ ਇਲੈਕਟ੍ਰਿਕ ਵੀ ਹੋ ਗਏ ਤੋਂ ਇਹ ਗੱਡੀ ਨਹੀਂ ਚਲਾਉਣੀ, ਉਸ ਸਪੀਡ 'ਤੇ ਜਾ ਰਿਹਾ ਸੀ। ਗੱਡੀ ਦੀ ਬਹੁਤ ਤੇਜ਼ ਵੱਜਣ ਦੇ ਨਾਲ ਅਗਲੇ ਬੰਨੇ ਗੱਡੀ ਦੇ ਸਾਡੇ ਅਗਲੇ ਇੱਕ ਜਾਮਨ ਦਾ ਬੂਟਾ, ਇੱਕ ਥਰਡ ਪਰਸਨ ਸਿਵਲੀਅਨ ਬੰਦਾ ਰੋਟੀ ਖਾ ਰਿਹਾ ਸੀ, ਮੋਟਰਸਾਈਕਲ ਉੱਤੇ ਆਪਣਾ ਰੋਟੀ ਰੱਖ ਕੇ ਰੋਟੀ ਖਾ ਰਿਹਾ। ਦੁਪਹਿਰ ਦੇ ਵੇਲੇ ਸਾਡੀ ਗੱਡੀ 'ਚ ਬੱਸ ਵੱਜਣ ਨਾਲ ਸਾਡੀ ਗੱਡੀ ਉਸ ਮੋਟਰਸਾਈਕਲ 'ਚ ਵੱਜੀ ਆ ਅਤੇ ਉਹ ਬੰਦਾ ਕਾਫੀ ਇੰਜਰਡ ਹੈ ਜੀ, ਉਹਨੂੰ ਕਾਲ ਹੋਸਪਿਟਲ ਬਾਬਕਲਾ ਮੋੜ 'ਤੇ ਲੈ ਗਏ ਆ। ਗੱਡੀ ਦਾ ਨੁਕਸਾਨ 60-70 ਹਜ਼ਾਰ ਰੁਪਏ ਦਾ ਗੱਡੀ ਦਾ ਨੁਕਸਾਨ ਹੋਇਆ ਜੀ, ਅਤੇ ਬੰਦੇ ਦੇ ਟ੍ਰੀਟਮੈਂਟ ਦਾ ਖਰਚਾ ਜਿਹੜਾ ਹੋਸਪਿਟਲ ਜਾ ਕੇ ਪਤਾ ਲੱਗ ਸਕਦਾ ਹੈ। ਬੰਦੇ ਦਾ ਲੈਫਟ ਸਾਈਡ ਦਾ ਬਾਜੂ ਅਤੇ ਸਿਰ ਦੇ ਸੱਟ ਲੱਗੀ ਹੋਈ ਹੈ ਜੀ।
ਸੀਆਈਏ ਸਟਾਫ ਟੂ ਅੰਮ੍ਰਿਤਸਰ ਦੀ ਪੁਲਿਸ ਵੱਲੋਂ 2 ਪਿਸਟਲ 45 ਬੌਰ ਤੇ 4 ਮੈਗਜ਼ੀਨ ਤੇ 33 ਰਾਉਂਡ ਜ਼ਿੰਦਾ ਤੇ ਭਾਰੀ ਅਸਲੇ ਸਮੇਤ 3 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੇ ਤਾਰ ਵਿਦੇਸ਼ 'ਚ ਬੈਠੇ ਨਾਮੀ ਗੈਂਗਸਟਰ ਹੈਪੀ ਜੱਟ ਵਾਸੀ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨਾਲ ਜੁੜੇ ਹੋਏ ਨੇ। ਪੁਲਿਸ ਨੇ ਦੱਸਿਆ ਕਿ ਇਹਨਾਂ 3 ਨੌਜਵਾਨਾਂ ਦੀ ਉਮਰ 25 ਤੋਂ 26 ਸਾਲ ਦੇ ਕਰੀਬ ਹੈ ਤੇ ਇਹਨਾਂ ਨੂੰ ਇਹ ਪਿਸਟਲ ਗੈਂਗਸਟਰ ਹੈਪੀ ਜੱਟ ਨੇ ਹੀ ਕਿਸੇ ਨਾਮਲੂਮ ਵਿਅਕਤੀ ਰਾਹੀਂ ਸਪਲਾਈ ਕਰਾਏ ਸਨ। ਪੁਲਿਸ ਨੇ ਦੱਸਿਆ ਕਿ ਇਹਨਾਂ ਦਾ ਟਾਰਗੇਟ ਰਾਈਵਲ ਗੈਂਗ ਦੀ ਕੰਟਰੈਕਟ ਕਿਲਿੰਗ ਕਰਨਾ ਸੀ, ਜਿਨ੍ਹਾਂ ਦੇ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਵੱਖ ਵੱਖ ਥਾਣਿਆਂ 'ਚ ਦਰਜ ਨੇ ਅਤੇ ਮੁਲਜ਼ਮਾਂ ਨੂੰ ਫਿਲਹਾਲ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਰਿਮਾਂਡ ਦੌਰਾਨ ਹੋਰ ਵੀ ਸੰਭਾਵਨਾ ਪੁੱਛਗਿੱਛ ਦੇ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ 0 ਟੋਲਰੈਂਸ ਪਾਲਿਸੀ ਅਸੀਂ ਫੋਲੋ ਕਰ ਰਹੇ ਹਾਂ ਅਗੇਂਸਟ ਗੈਂਗਸਟਰਸ, ਉਹ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। 3 ਗੈਂਗਸਟਰ ਅਸੀਂ ਫੜੇ ਹੈ ਜਿਨ੍ਹਾਂ ਦੇ ਨਾਮ ਹੈਗੇ ਸਾਗਰ ਅਤੇ ਸ਼ਰਨਜੀਤ ਜੋ ਕਿ ਤਰਨ ਤਾਰਨ ਰੋਡ ਦੇ ਰਹਿਣ ਵਾਲੇ ਹੈ ਅਤੇ ਮਨਪ੍ਰੀਤ ਏਲੀਅਸ ਰੋਹਿਤ ਏਲੀਅਸ ਰੰਧਾਵਾ ਮਜੀਠਾ ਰੋਡ ਦਾ, ਔਰ ਇਹਨਾਂ ਦੇ ਪੁਜੈਸ਼ਨ ਤੋਂ 3 ਪਿਸਟਲ ਮਿਲੇ ਨੇ, 0.45 ਬੋਰ ਦੇ 2 ਅਤੇ 0.32 ਬੋਰ ਦੇ ਦਾ 1 ਪਿਸਟਲ ਹੈ, 35 ਲਾਈਵ ਕਾਟਰੇਜਸ ਅਤੇ 4 ਮੈਗਜ਼ੀਨ ਵੀ ਨਾਲ ਬਰਾਮਦ ਹੋਏ ਨੇ। ਇਹ ਸਾਰਾ ਜਿਹੜਾ ਮੋਡਿਊਲ ਹੈ ਤਿਆਰ ਕੀਤਾ ਗਿਆ ਸੀਗਾ ਹਰਪ੍ਰੀਤ ਏਲੀਅਸ ਹੈਪੀ ਜੱਟ ਜੋ ਕਿ ਜੰਡਿਆਲਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ, ਔਰ ਉਹਨੇ ਇਹ ਸਾਰੇ ਵੈਪਨ ਇਹਨਾਂ ਨੂੰ ਮੁਹੱਈਆ ਕਰਾਏ ਔਰ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ। ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹ ਜਿਹੜਾ ਸਾਰਾ ਮੋਡਿਊਲ ਹੈ ਇਹਨੂੰ ਇੱਕ ਟਾਸਕ ਦਿੱਤਾ ਗਿਆ ਸੀ ਕੰਟਰੈਕਟ ਕਿਲਿੰਗ ਦਾ, ਜਿਹੜਾ ਕਿ ਰਾਈਵਲ ਇੱਕ ਗੈਂਗਸਟਰ ਹੈਗਾ ਹੈਪੀ ਜੱਟ ਦਾ, ਜਿਹੜਾ ਕਿ ਇਹਨਾਂ ਦੀ ਆਪਸ 'ਚ ਜੋ ਪਤਾ ਲੱਗਿਆ ਕਿ ਇਸ ਗੱਲ ਤੋਂ ਡਿਫਰੈਂਸ ਹੋਏ ਕਿ ਪੈਸੇ ਦੀ ਵੰਡ ਨੂੰ ਲੈ ਕੇ, ਔਰ ਇਹ ਆਪ ਇਹ ਦੂਸਰੀ ਗੱਲ ਇਹ ਪਤਾ ਲੱਗੀ ਹੈ ਕਿ ਹੈਪੀ ਜੱਟ ਇਸ ਵੇਲੇ ਫੋਰਨ ਕੰਟਰੀ ਬੇਸਡ ਹੈਗਾ, ਇੱਥੋਂ ਭੱਜ ਚੁੱਕਿਆ ਔਰ ਉੱਥੋਂ ਬੈਠਾ ਇਹ ਮੋਡਿਊਲ ਚਲਾ ਰਿਹਾ ਸੀ। ਇਹਦੇ 'ਚ ਅੱਗੇ ਵੀ ਡਿਟੇਲ 'ਚ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਹਰ ਪਹਿਲੂ ਤੋਂ, ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਇਹ 'ਚ ਗ੍ਰਿਫਤਾਰੀਆਂ ਅਸੀਂ ਕਰਾਂਗੇ। ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਮਿਲਣ ਲਈ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ। ਇਸ ਮੌਕੇ ਉਹਨਾਂ ਨੇ ਵਕੀਲਾਂ ਦੇ ਨਾਲ ਗੱਲਬਾਤ ਕੀਤੀ ਅਤੇ ਵਿਚਾਰ ਵਟਾਂਦਰਾ ਕੀਤਾ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅੱਜ ਉਹ ਜ਼ਿਲ੍ਹਾ ਕਚਹਿਰੀਆਂ ਵਿਖੇ ਪਹੁੰਚੇ ਨੇ ਅਤੇ ਵਕੀਲਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਸੋਚ ਸਮਝ ਕੇ ਕਰਨ ਦੀ ਬੇਨਤੀ ਕੀਤੀ ਗਈ। ਅੰਮ੍ਰਿਤਸਰ ਕੋਰਟ ਦੇ ਵਿੱਚ ਬਾਅਦ ਵਿੱਚ ਆਏ ਹਾਂ, ਆਪਣੇ ਵਕੀਲ ਸਾਹਿਬਾਨ ਜਿਹੜੇ ਆ ਉਹਨਾਂ ਨਾਲ ਪੰਜਾਬ ਦੀ ਅੰਮ੍ਰਿਤਸਰ ਦੀ ਸਥਿਤੀ 'ਤੇ ਚਰਚਾ ਕੀਤੀ ਆ, ਚਿੰਤਾ ਪ੍ਰਗਟ ਕੀਤੀ ਹੈ ਔਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸੋਚ ਸਮਝ ਕੇ ਵੋਟ ਪਾਉਣਾ, ਮਤਦਾਨ ਹੈ, ਆਪਣੀ ਮਤ ਦਾ ਦਾਨ ਹੈ, ਸੋਚ ਕੇ ਕਰਿਓ, ਪੰਜਾਬ ਦੇ ਹਿੱਤ 'ਚ ਵੋਟ ਪਾਇਓ, ਅੰਮ੍ਰਿਤਸਰ ਦੇ ਹਿੱਤ 'ਚ ਵੋਟ ਪਾਇਓ, ਇਹ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ। ਔਰ ਸਾਰੇ ਹੀ ਜਿੰਨੇ ਬਾਰ ਦੇ ਮੈਂਬਰ ਜਿੰਨੇ ਵਕੀਲ ਸਾਹਿਬਾਨ ਹੈ ਸਭ ਨੇ ਬਹੁਤ ਪਿਆਰ ਕੀਤਾ, ਬਹੁਤ ਸਤਿਕਾਰ ਦਿੱਤਾ ਔਰ ਲਾਜ਼ਮੀ ਉਹ ਵੋਟ ਪਾਉਣ ਲੱਗਿਆ, ਸਹੀ ਫੈਸਲਾ ਕਰ ਲਿਆ।
ਅਗਾਮੀ 24 ਮਈ ਨੂੰ ਭੰਡਾਰੀ ਪੁਲ ਅੰਮ੍ਰਿਤਸਰ ਉੱਤੇ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਅਤੇ ਵਾਲਮੀਕਿ ਜਥੇਬੰਦੀਆਂ ਵੱਲੋਂ ਲੋਕ ਸਭਾ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੀ ਨੂੰਹ ਅਤੇ RSS ਦਾ ਪੁਤਲਾ ਫੂਕਿਆ ਜਾਏਗਾ। ਇਸ ਮੌਕੇ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਦੇ ਵਾਲਮੀਕਿ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਅਨਿਲ ਜੋਸ਼ੀ ਦੀ ਨੂੰਹ ਨੇ ਸਾਡੇ ਦਲਿਤ ਸਮਾਜ ਬਾਰੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ, ਜਿਹਦੇ ਚੱਲਦਿਆਂ ਭੰਡਾਰੀ ਪੁਲ 'ਤੇ ਪੁਤਲਾ ਫੂਕਿਆ ਜਾਏਗਾ। ਜਥੇਬੰਦੀਆਂ ਦੇ ਆਗੂਆਂ ਨੇ ਸਾਰੇ ਦਲਿਤ ਸਮਾਜ ਦੇ ਆਗੂਆਂ ਨੂੰ ਬੇਨਤੀ ਕੀਤੀ ਕਿ ਇਹਨਾਂ ਪਾਰਟੀਆਂ ਦਾ ਚੋਣਾਂ ਦੇ ਵਿੱਚ ਬਾਈਕਾਟ ਕੀਤਾ ਜਾਏ ਅਤੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਪਾਈ ਜਾਏ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦਾ ਆਯੋਜਨ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੀ ਦੇਖਰੇਖ ਵਿੱਚ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਕੀਤਾ ਗਿਆ, ਜਿਸ ਵਿੱਚ ਭਾਈ ਅਮਨਦੀਪ ਸਿੰਘ ਜੀ ਨੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਅਮਨਦੀਪ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤ ਨੂੰ ਗੁਰੂ ਸਾਹਿਬਾਂ ਦੇ ਪੂਰਨਿਆਂ 'ਤੇ ਚੱਲਣ ਦੀ ਬੇਨਤੀ ਕੀਤੀ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਿ ਸੰਗਤ ਜੀ। ਅੱਜ ਜੋ ਗੁਰੂ ਰਾਮਦਾਸ ਜੀ ਨੇ ਬੜਾ ਤਰਸ ਕੀਤਾ, ਬਾਬਾ ਦੀਪ ਸਿੰਘ ਤਰਸ ਕੀਤਾ, ਅੱਜ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ ਬੜੀ ਸ਼ਰਧਾ ਭਾਵਨਾ ਨਾਲ ਕਰਾਇਆ ਗਿਆ ਔਰ ਦੂਰੋਂ ਨੇੜਿਓਂ ਚੱਲ ਕੇ ਹਜ਼ਾਰਾਂ ਸੰਗਤਾਂ ਨੇ ਗੁਰੂ ਪਿਤਾ ਜੀ ਦੀ ਗੋਦੀ ਦਾ ਆਨੰਦ ਮਾਣਿਆ ਔਰ ਪਿਤਾ ਜੀ ਦੀਆਂ ਖੁਸ਼ੀਆਂ ਲਈਆਂ। ਬਸ ਇਸੇ ਤਰ੍ਹਾਂ ਸਾਰੀ ਸੰਗਤ ਅਰਦਾਸ ਕਰਿਓ ਦਸਰਿਆਂ ਕੋਲੋਂ ਪਿਆਰ ਨਾਲ, ਭਾਵਨਾ ਦੇ ਨਾਲ, ਨਿਮਰਤਾ ਦੇ ਵਿੱਚ ਸਾਰੀਆਂ ਸੇਵਾਵਾਂ ਲੈਂਦੇ ਰਹਿਣ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।